ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਅਤੇ ਵੈਲਕਮ ਆ ਤੁਹਾਡਾ ਇੱਕ ਨਵੀਂ ਵੀਡੀਓ ਵਿੱਚ। ਜਿਹੜਾ ਹੁਣ ਜ਼ਿਆਦਾਤਰ ਜਿਹੜੀ ਨਿਊਜ਼ ਚੱਲਦੀ ਪਈ ਆ, ਅਤੇ ਸ਼ੈਨਗਨ ਜ਼ੋਨ ਵਾਲੀ, ਰੁਮਾਨੀਆ ਬੁਲਗਾਰੀਆ ਦੇ ਸ਼ੈਨਗਨ ਜ਼ੋਨ ਦੇ ਵਿੱਚ ਐਂਟਰ ਹੋਣ ਵਾਲੀ, ਉਹਦੇ ਨਾਲ ਰਿਲੇਟਡ ਮੈਂ ਤੁਹਾਨੂੰ ਹਰ ਇੱਕ ਅਪਡੇਟ ਦੇ ਰਿਹਾ ਹਾਂ। ਜਿਹੜੀ ਵੀ ਕੋਈ ਨਵੀਂ ਨਿਊਜ਼ ਆਉਂਦੀ ਆ, ਚਾਹੇ ਉਹ ਆਸਟਰੀਆ ਵੱਲੋਂ ਹੋਵੇ, ਯੂਰਪ ਯੂਨੀਅਨ ਵੱਲੋਂ ਹੋਵੇ, ਰੁਮਾਨੀਆ ਵੱਲੋਂ ਹੋਵੇ, ਬੁਲਗਾਰੀਆ ਵੱਲੋਂ ਹੋਵੇ, ਉਹ ਸਾਰੇ ਦੀ ਜਿਹੜੀ ਵੀ ਕੋਈ ਅਪਡੇਟ ਹੈਗੀ ਉਹ ਮੈਂ ਤੁਹਾਨੂੰ ਟਾਈਮ ਟੂ ਟਾਈਮ ਦੇ ਰਿਹਾ ਹਾਂ। ਕਿਉਂਕਿ ਮੈਨੂੰ ਇਹ ਆ ਕਿ ਜੇ ਸਾਨੂੰ ਕੁਛ ਆਉਂਦਾ ਵਾ, ਸਾਨੂੰ ਕੁਛ ਪਤਾ ਵਾ, ਅਤੇ ਹੋਰਾਂ ਨੂੰ ਵੀ ਪਤਾ ਲੱਗਣਾ ਚਾਹੀਦਾ ਕਿ ਯੂਰਪ ਯੂਨੀਅਨ ਦੇ ਵਿੱਚ ਜਿਹੜਾ ਵਾ ਰੁਮਾਨੀਆ ਆਲਰੇਡੀ ਤੁਹਾਨੂੰ ਪਤਾ ਹੈਗਾ ਹੀ ਹੈ, ਅਤੇ ਸ਼ੈਨਗਨ ਜ਼ੋਨ 'ਚ ਐਂਟਰ ਹੋ ਰਿਹਾ ਵਾ, ਅਤੇ ਐਂਟਰ ਹੋਣ ਵਾਸਤੇ ਇਹਨੂੰ ਕਾਫੀ ਟਾਈਮ ਹੋ ਗਿਆ, 12 ਸਾਲ ਹੋ ਗਏ ਨਾ ਇਹਨਾਂ ਨੂੰ ਜਿਹੜਾ ਵਾ ਟਰਾਈ ਕਰਦਿਆਂ ਨੂੰ, ਲੈ ਕੇ ਅਸੀਂ ਐਂਟਰ ਕਰ ਰਹੇ ਹਾਂ। ਬਟ ਕੁਝ ਸ਼ਰਤਾਂ ਰੱਖ ਦਿੱਤੀਆਂ ਆਸਟਰੀਆ ਨੇ, ਜਿਹੜੀਆਂ ਮੈਂ ਤੁਹਾਨੂੰ ਪਿਛਲੀ ਵੀਡੀਓ ਵਿੱਚ ਡਿਸਕਸ ਆਪਾਂ ਕਰਕੇ ਹਟੇ ਹਾਂ, ਉਹਨੂੰ ਦੁਬਾਰਾ ਰਿਪੀਟ ਕਰਨ ਦਾ ਹੈ ਨਾ ਕੋਈ ਉਹ ਤਾਂ ਹੈ ਨਹੀਂ ਹੈ, ਜਿਨ੍ਹਾਂ ਨੇ ਵੀਡੀਓ ਦੇਖੀ ਉਹਨਾਂ ਨੂੰ ਸਾਰਾ ਪਤਾ ਹੀ ਆ। ਪਰ ਫਿਰ ਵੀ ਮੈਂ ਮੋਟਾ ਮੋਟਾ ਦੱਸ ਦਿੰਦਾ ਤੁਹਾਨੂੰ ਕਿ ਜਿਹੜੇ ਅਨਲੀਗਲ ਇਮੀਗ੍ਰਾਂਟ ਆ ਉਹਦਾ ਹੀ ਮੇਨ ਇਸ਼ੂ ਆ, ਉਹਦੇ ਕਰਕੇ ਹੁਣ ਜਿਹੜੀ ਮੇਨ ਗੱਲ ਆਉਂਦੀ ਆ, ਚਲੋ ਉਹਨਾਂ ਨੇ ਆਪਣੀ ਸ਼ਰਤਾਂ ਰੱਖਤੀਆਂ, ਉਹਨਾਂ ਨੇ ਇੱਕ ਔਫਰ ਦੇ ਦਿੱਤਾ ਕਿ ਆਹ ਸਾਡੀਆਂ ਸ਼ਰਤਾਂ ਵਾ, ਜੇ ਤੁਸੀਂ ਮੰਨਦੇ ਹੋ ਤਾਂ ਤੁਹਾਡਾ ਵੈਲਕਮ ਆ ਸ਼ੈਨਗਨ ਜ਼ੋਨ ਦੇ ਵਿੱਚ, ਸਾਨੂੰ ਕੋਈ ਪ੍ਰੋਬਲਮ ਨਹੀਂ ਹੈਗੀ, ਆਸਟਰੀਆ ਨੇ ਕਹਿ ਦਿੱਤਾ। ਅਤੇ ਜਿਹੜਾ ਯੂਰਪ ਯੂਨੀਅਨ ਆ, ਬਾਕੀ ਜਿਹੜੇ ਸਾਰੇ ਕੰਟਰੀ, ਉਹ ਤਾਂ ਆਲਰੇਡੀ ਪਿਛਲੇ ਸਾਲ ਵੀ ਜਿਹੜੇ ਐਗਰੀ ਸੀਗੇ, ਬਟ ਆਸਟਰੀਆ ਕਿਤੇ ਨਾ ਕਿਤੇ ਜਿਹੜਾ ਪ੍ਰੋਬਲਮ ਕ੍ਰੀਏਟ ਕਰਦਾ ਸੀਗਾ ਹੈ ਨਾ, ਉਹ ਹੀ ਵੀਟੋ ਕਰਦਾ ਸੀਗਾ, ਉਹ ਇਸ ਸਾਲ ਐਗਰੀ ਹੋ ਗਿਆ ਵਾ, ਉਹਨੇ ਥੋੜ੍ਹੀ ਢਿੱਲ ਦਿੱਤੀ ਆ, ਬਟ ਉਹਨੇ ਔਫਰ ਰੱਖ ਦਿੱਤਾ ਕਿ ਬਾਈ ਏਅਰ ਤੁਸੀਂ ਸ਼ੈਨਗਨ ਜ਼ੋਨ ਵਿੱਚ ਐਂਟਰ ਹੋ ਸਕਦੇ ਆ। ਇਹ ਤਾਂ ਸੀਗਾ ਉਹਨਾਂ ਦਾ ਪੱਖ, ਉਹਨਾਂ ਨੇ ਆਪਣੀ ਗੱਲ ਜਿਹੜੀ ਆ ਰੱਖ ਦਿੱਤੀ ਆ, ਬਟ ਕੀ ਉਹ ਚੀਜ਼ ਐਕਸੈਪਟ ਕਰਦੇ ਪਏ ਆ ਰੁਮਾਨੀਆ ਅਤੇ ਬੁਲਗਾਰੀਆ ਵਾਲੇ, ਆਪਾਂ ਉਹਦੇ ਬਾਰੇ ਡਿਸਕਸ ਕਰਾਂਗੇ, ਉਹਦੇ ਬਾਰੇ ਤੁਹਾਨੂੰ ਸਾਰੀ ਡਿਟੇਲ ਦੱਸਾਂਗੇ ਕਿ ਰੁਮਾਨੀਆ ਅਤੇ ਬੁਲਗਾਰੀਆ ਦਾ ਕੀ ਕਹਿਣਾ ਵਾ, ਇਹਨਾਂ ਦਾ ਕੀ ਪੱਖ ਵਾ, ਮਤਲਬ ਇਹ ਉਸ ਚੀਜ਼ ਨਾਲ ਐਗਰੀ ਆ ਜਾਂ ਡਿਸਐਗਰੀ ਆ, ਅਤੇ ਉਹ ਸਾਰਾ ਤੁਹਾਨੂੰ ਦੱਸਾਂਗੇ। ਕਿਉਂਕਿ ਸਭ ਤੋਂ ਪਹਿਲਾਂ ਗੱਲ ਕਰ ਲੈਂਦੇ, ਆਸਟ੍ਰੇਲੀਆ ਨੇ ਇਹ ਇੱਕੋ ਜਿਹੜੀ ਮੰਗ ਆ ਇਹ ਜਿਹੜੀ ਐਕਸੈਪਟ ਕੀਤੀ, ਅਤੇ ਆਹ ਜਿਹੜੀ ਇੱਕ ਔਫਰ ਆ ਇਹ ਹੀ ਕਿਉਂ ਰੱਖਿਆ ਕਿ ਤੁਸੀਂ ਬਾਏ ਏਅਰ ਜਿਹੜਾ ਵਾ ਸ਼ੈਨਗਨ ਜ਼ੋਨ 'ਚ ਐਂਟਰ ਹੋ ਸਕਦੇ ਆ, ਬਾਏ ਲੈਂਡ ਨਹੀਂ ਹੋ ਸਕਦੇ। ਆਸਟ੍ਰੇਲੀਆ ਦੀ ਜਿਹੜੀ 2022 ਦੀ ਨਿਊਜ਼, ਜਿਹੜੀ 22 ਦਾ ਜਿੰਨਾ ਵੀ ਡਾਟਾ ਵਾ ਉਹਦੇ ਮੁਤਾਬਕ ਆਸਟ੍ਰੇਲੀਆ ਨੇ ਕਿਹਾ ਵਾ ਕਿ 2022 ਦੇ ਵਿੱਚ ਤੋਂ ਲੈ ਕੇ 23 ਦੇ ਵਿੱਚ ਹੁਣ ਤੱਕ ਜਿੰਨੇ ਵੀ ਅਨਲੀਗਲ ਇਮੀਗ੍ਰਾਂਟ ਯੂਰਪ ਯੂਨੀਅਨ ਸ਼ੈਨਗਨ ਜ਼ੋਨ ਵਿੱਚ ਐਂਟਰ ਹੋਏ ਆ, ਆਸਟ੍ਰੇਲੀਆ 'ਚ ਐਂਟਰ ਹੋਏ ਆ, ਜਿੰਨੇ ਵੀ ਲੋਕਾਂ ਨੇ ਸਾਇਲਮ ਮੰਗੀ ਆ, ਉਹਦੇ ਵਿੱਚੋਂ 150 ਬੰਦੇ ਆ ਜਿਹੜੇ ਬਾਏ ਏਅਰ ਜਿਹੜੇ ਐਂਟਰ ਹੋਏ ਆ, ਅਨਲੀਗਲ ਜਿਹੜੇ ਫੜੇ ਗਏ ਆ, ਅਤੇ ਬਾਕੀ ਜਿਹੜੇ ਬੰਦੇ ਆ ਜਿਹੜਾ 1 ਲੱਖ ਸਮਥਿੰਗ ਬੰਦਾ ਵਾ ਉਹ ਸਾਰਾ ਹੀ ਲੈਂਡ ਬਾਰਡਰ ਦੇ ਜਿਹੜਾ ਰਾਹੀਂ ਐਂਟਰ ਹੋਇਆ ਵਾ। ਬਟ ਕਲੇਮ ਆ ਰਿਹਾ ਰੁਮਾਨੀਆ 'ਤੇ ਅਤੇ ਬੁਲਗਾਰੀਆ 'ਤੇ, ਹੋਏ ਤਾਂ ਸਰਬੀਆ ਤੋਂ ਵੀ ਐਂਟਰ ਆ, ਹੋਰ ਵੀ ਜਿਹੜੇ ਵੇ ਆ ਉਹਨਾਂ ਤੋਂ ਵੀ ਐਂਟਰ ਹੋਏ ਆ, ਫਿਰ ਕਰੋਸ਼ੀਆ ਤੋਂ ਵੀ ਐਂਟਰ ਹੋਏ ਆ, ਇਸ ਤੋਂ ਬਾਅਦ 'ਚ ਜਿਹੜਾ ਹੰਗਰੀ ਯੂਕਰੇਨ ਉੱਧਰੋਂ ਵੀ ਐਂਟਰ ਹੁੰਦੇ ਰਹੇ ਆ, ਅਤੇ ਹੁਣ ਵੀ ਹੋ ਰਹੇ ਆ, ਬਟ ਜ਼ਿਆਦਾ ਜਿਹੜਾ ਪ੍ਰੈਸ਼ਰ ਉਹ ਇਹਨਾਂ 'ਤੇ ਪਾ ਰਹੇ ਆ। ਬਟ ਇਸ ਤੋਂ ਇਲਾਵਾ ਇਹਨਾਂ ਨੇ ਕਿਹਾ ਕਿ ਜਿੰਨੇ ਵੀ ਅਸੀਂ ਬੰਦੇ ਫੜਾਂਗੇ ਉਹ ਬੰਦੇ ਸਾਰੇ ਤੁਹਾਨੂੰ ਅਸੀਂ ਵਾਪਸ ਦੇਵਾਂਗੇ, ਇਹਦੇ ਨਾਲ ਇਹਨਾਂ ਨੂੰ ਵੀ ਕਾਫੀ ਨੁਕਸਾਨ ਹੋ ਸਕਦਾ ਵਾ। ਬਟ ਹੁਣ ਇਹ ਜਿਹੜੀ ਚੀਜ਼ ਆ ਇਹ ਤਾਂ ਉਹਨਾਂ ਨੇ ਆਪਣੀ ਕਲੀਅਰ ਕਰਤੀ ਕਿ ਸਾਨੂੰ ਇਸ ਪ੍ਰੋਬਲਮ ਆਹ ਪ੍ਰੋਬਲਮ ਇਸ ਪ੍ਰੋਬਲਮ ਕਰਕੇ ਅਸੀਂ ਜਿਹੜਾ ਵਾ ਤੁਹਾਨੂੰ ਬਾਏ ਏਅਰ ਹੀ ਜਿਹੜਾ ਵਾ ਸ਼ੈਨਗਨ ਜ਼ੋਨ ਵਿੱਚ ਐਂਟਰੀ ਦੇਵਾਂਗੇ, ਬਾਏ ਲੈਂਡ ਬਾਰਡਰ ਨਹੀਂ ਦੇਵਾਂਗੇ। ਨਾਲ ਉਹਨਾਂ ਨੇ ਇਹ ਵੀ ਕਹਿ ਤਾ ਕਿ ਜੇ ਹਾਲਾਤ ਵਧੀਆ ਰਹੇ, ਜੇ ਤੁਸੀਂ ਪ੍ਰੋਪਰ ਸਾਰਾ ਕੁਛ ਜਿਹੜਾ ਵਾ ਫੋਲੋ ਕੀਤੇ ਰੂਲ, ਅਤੇ ਮਾਰਚ ਤੋਂ ਬਾਅਦ ਹੋ ਸਕਦਾ ਅਸੀਂ ਜਿਹੜੀ ਥੋੜ੍ਹੀ ਢਿੱਲ ਦਈਏ, ਅਤੇ ਹੋ ਸਕਦਾ ਕਿ ਬਾਏ ਲੈਂਡ ਬਾਰਡਰ ਵੀ ਜਿਹੜਾ ਵਾ ਤੁਹਾਨੂੰ ਐਂਟਰੀ ਜਿਹੜੀ ਮਿਲ ਜਾਵੇ। ਇਹਦੇ ਵਿੱਚ ਜਿਹੜਾ ਬੁਲਗਾਰੀਆ ਵਾ ਅਤੇ ਰੁਮਾਨੀਆ ਵਾ ਇਹਨਾਂ ਨੇ ਜਿਹੜਾ ਵਾ ਇਸ ਚੀਜ਼ ਨੂੰ ਐਕਸੈਪਟ ਕਰਨ ਦੀ ਜਿਹੜੀ ਨਾਂਹ ਕੀਤੀ ਆ, ਇਹਨਾਂ ਦੋਨਾਂ ਦਾ ਕਹਿਣਾ ਕਿ ਅਸੀਂ ਆਲਰੇਡੀ ਜਿਹੜਾ ਸਾਰਾ ਕੁਛ ਜਿਹੜੀਆਂ ਤੁਸੀਂ ਸ਼ਰਤਾਂ ਰੱਖੀਆਂ ਅਸੀਂ ਆਲਰੇਡੀ ਪੂਰੀਆਂ ਕਰ ਰਹੇ ਹਾਂ। ਰੁਮਾਨੀਆ ਬੁਲਗਾਰੀਆ ਨੇ ਕਿਹਾ ਕਿ ਜਿਹੜਾ ਤੁਰਕੀ ਦਾ ਅਤੇ ਰੁਮਾਨੀਆ ਦਾ ਬੁਲਗਾਰੀਆ ਦਾ ਬਾਰਡਰ ਆ ਉਹਦੇ 'ਤੇ ਅਸੀਂ ਆਲਰੇਡੀ 2 ਤੋਂ 3 ਗੁਣਾ ਜਿਹੜੀ ਆ
ਜਿਹੜੀ ਸਿਕਿਉਰਿਟੀ ਆ ਉਹ ਲਾਈ ਆ, ਬਾਕੀ ਫੰਡ ਤੇ ਜੇ ਤੁਸੀਂ ਕਹਿ ਰਹੇ ਹੋ ਉਹ ਵੀ ਸਾਡੀ ਜਿਹੜੀ ਹੈਲਪ ਯੂਨੀਅਨ ਜਿਹੜਾ ਕਰਦਾ ਪਿਆ ਵਾ। ਇਸ ਤੋਂ ਇਲਾਵਾ ਅਸੀਂ ਉਹ ਕਹਿੰਦੇ ਕਿ ਯੂਰੋ ਐਂਟਰ ਜਿੱਦਾਂ ਇੰਟਰਪੋਲ ਆ ਉਹਦੇ ਨਾਲ ਵੀ ਅਸੀਂ ਕੰਟੈਕਟ ਕੀਤਾ ਵਾ, ਜਿੰਨਾ ਸਮਗਲਿੰਗ ਦਾ ਜਾਂ ਡਰੱਗ ਦਾ ਜੋ ਵੀ ਪ੍ਰੋਬਲਮ ਆ ਉਹ ਸਾਰੀ ਅਸੀਂ ਜਿੰਨੀ ਵੀ ਰਿਪੋਰਟ ਆ ਸਾਰੀ ਉਹਨਾਂ ਨੂੰ ਦੇ ਰਹੇ ਹਾਂ, ਸਾਰਾ ਕੁਝ ਅਸੀਂ ਕਰ ਰਹੇ ਹਾਂ, ਬਟ ਇਸ ਚੀਜ਼ ਦੇ ਨਾਲ ਸਾਡਾ ਨਹੀਂ ਕੋਈ ਹੱਲ ਹੁੰਦਾ, ਕਿਉਂਕਿ ਰਮਾਨੀਆ ਦੇ ਜਿਹੜੇ ਪ੍ਰੈਜ਼ੀਡੈਂਟ ਉਹਨਾਂ ਨੇ ਕਿਹਾ ਕਿ ਰਮਾਨੀਆ ਤੋਂ ਜਦੋਂ ਸ਼ੈਂਗਨ ਜ਼ੋਨ ਵਿੱਚ ਬਾਈ ਲੈਂਡ ਬਾਰਡਰ ਅਸੀਂ ਐਂਟਰ ਹੁੰਦੇ ਹਾਂ, ਕਿਉਂਕਿ ਸਾਨੂੰ ਜ਼ਿਆਦਾਤਰ ਪ੍ਰੋਬਲਮ ਆਉਂਦੀ ਆ ਕਿ ਜਿਹੜਾ ਸਾਡਾ ਇੱਥੋਂ ਸਾਡੇ ਜਿਹੜੇ ਟਰੱਕ ਵਾ ਜਿਹੜੀ ਆਵਾਜਾਈ ਆ ਉਹਨੂੰ ਬਹੁਤ ਪ੍ਰੋਬਲਮ ਹੁੰਦੀ ਹੈ, ਕਿਉਂਕਿ ਜਦੋਂ ਇੱਥੋਂ ਖਾਣ ਪੀਣ ਵਾਲੇ ਸਮਾਨ ਐਕਸਪੋਰਟ ਕੀਤੇ ਜਾਂਦੇ ਆ ਜਾਂ ਉੱਧਰੋਂ ਮੰਗਾਏ ਜਾਂਦੇ ਜਾਂ ਇੱਧਰੋਂ ਭੇਜੇ ਜਾਂਦੇ ਆ, ਅਤੇ ਰਮਾਨੀਆ ਵਾਲਿਆਂ ਨੂੰ ਰਮਾਨੀਆ ਅਤੇ ਹੰਗਰੀ ਵਾਲੇ ਬਾਰਡਰ 'ਤੇ 36 ਘੰਟੇ ਰੁਕਣਾ ਪੈਂਦਾ, ਮਤਲਬ 36 ਘੰਟੇ ਉਹਨਾਂ ਨੂੰ ਵੇਟ ਕਰਨੀ ਪੈਂਦੀ ਆ, ਫਿਰ ਜਾ ਕੇ ਵਾਰੀ ਆਉਂਦੀ ਆ। ਟਰੱਕਾਂ ਦੀਆਂ ਲੰਬੀਆਂ ਲਾਈਨਾਂ ਹੁੰਦੀਆਂ ਵਾ ਜਦੋਂ ਰਮਾਨੀਆ ਤੋਂ ਹੰਗਰੀ ਦੇ ਵਿੱਚ ਐਂਟਰ ਹੁੰਦੇ ਆ, ਠੀਕ ਆ, ਉੱਧਰੋਂ ਤਾਂ ਈਜ਼ੀਲੀ ਆ ਜਾਂਦੇ ਆ, ਬਟ ਕਿਉਂਕਿ ਉਹ ਆਲਰੇਡੀ ਸ਼ੈਂਗਨ ਜ਼ੋਨ ਵਿੱਚ ਉਹਨਾਂ ਨੇ ਨੋਨ ਈਯੂ ਦੇ ਵਿੱਚ ਹੀ ਐਂਟਰ ਹੋਣਾ ਹੁੰਦਾ ਵਾ, ਯੂਰਪੀ ਯੂਨੀਅਨ 'ਚ ਹੀ ਐਂਟਰ ਹੋਣਾ ਹੁੰਦਾ, ਬਟ ਇੱਧਰੋਂ ਜਦੋਂ ਉਹ ਜਾਂਦੇ ਆ ਤਾਂ ਉਹਨਾਂ ਨੂੰ 36 ਘੰਟੇ ਵੇਟ ਕਰਨੀ ਪੈਂਦੀ ਆ। ਇਹਦੇ ਨਾਲ ਉਹਨਾਂ ਨੇ ਇੱਕ ਡਾਟਾ ਸ਼ੇਅਰ ਕੀਤਾ ਕਿ ਹਰ ਸਾਲ ਸਾਨੂੰ 10 ਬਿਲੀਅਨ ਯੂਰੋ ਦਾ ਜਿਹੜਾ ਵਾ ਘਾਟਾ ਪੈ ਰਿਹਾ ਵਾ। ਇਹ ਰੋਮਾਨੀਆ ਅਤੇ ਬਲਗਾਰੀਆ ਨੇ ਇਹ ਗੱਲ ਜਿਹੜੀ, ਅਤੇ ਰੋਮਾਨੀਆ ਬਲਗਾਰੀਆ ਨੇ ਕਿਹਾ ਕਿ ਸਾਡੀ ਇਕੋਨਮੀ 'ਚ ਵੀ ਕਾਫੀ ਜਿਹੜਾ ਫਰਕ ਪੈ ਰਿਹਾ, ਕਿਉਂਕਿ ਸਾਨੂੰ ਸਾਡੇ ਜਿਹੜੇ ਟਰੱਕ ਆ ਉਹਨਾਂ ਨੂੰ 36 36 ਘੰਟੇ ਵੇਟ ਕਰਨਾ ਪੈ ਰਿਹਾ ਵਾ, ਉਹਦੇ ਨਾਲ ਕਿੰਨਾ ਟਾਈਮ ਵੇਸਟ ਹੁੰਦਾ, ਕਿੰਨਾ ਪੈਸਾ ਵੇਸਟ ਹੁੰਦਾ ਵਾ ਸਾਡਾ, ਅਤੇ ਇਹੀ ਗੱਲ ਜਿਹੜਾ ਵਾ ਬਲਗਾਰੀਆ ਕਹਿ ਰਿਹਾ ਵਾ। ਇਹਦੇ ਨਾਲ ਹੀ ਬਲਗਾਰੀਆ ਨੇ ਵਾਰਨਿੰਗ ਵੀ ਦੇ ਦਿੱਤੀ ਆ ਆਸਟਰੀਆ ਨੂੰ ਕਿ ਜੇ ਤੁਸੀਂ ਸਾਨੂੰ ਪ੍ਰੋਪਰ ਤੌਰ 'ਤੇ ਸ਼ੈਂਗਨ ਜ਼ੋਨ ਵਿੱਚ ਸ਼ਾਮਲ ਨਹੀਂ ਕਰਦੇ ਤਾਂ ਅਸੀਂ ਜਿਹੜਾ ਵਾ ਯੂਰਪੀ ਯੂਨੀਅਨ ਦੇ ਕੋਰਟ ਵਿੱਚ ਕੇਸ ਕਰਾਂਗੇ, ਅਤੇ ਕੇਸ ਚਾਹੇ ਜਿੰਨਾ ਟਾਈਮ ਮਰਜ਼ੀ ਲੰਬਾ ਚੱਲੇ, ਤਾਂ ਉਹਨਾਂ ਨੇ ਕਿਹਾ ਵਾ। ਬਟ ਰਮਾਨੀਆ ਅਤੇ ਬਲਗਾਰੀਆ ਜਿਹੜੇ ਆ ਉਹ ਥੋੜ੍ਹੇ ਜਿਹੇ ਜਿਹੜਾ ਉਹਨਾਂ ਦਾ ਰੁੱਖ ਆ ਉਹ ਟਾਈਟ ਹੋ ਗਿਆ ਵਾ। ਇਹਨਾਂ ਦਾ ਕਹਿਣਾ ਕਿ ਸਾਨੂੰ ਬਾਏ ਲੈਂਡ ਬਾਰਡਰ ਵੀ ਜਿਹੜਾ ਵਾ ਐਂਟਰ ਕੀਤਾ ਜਾਵੇ, ਪ੍ਰੋਪਰ ਸਾਰੀਆਂ ਸਹੂਲਤਾਂ ਸਾਨੂੰ ਦਿੱਤੀਆਂ ਜਾਣ, ਅਸੀਂ ਬਾਏ ਏਅਰ ਬਾਰਡਰ ਜਿਹੜਾ ਵਾ ਸ਼ਾਮਲ ਨਹੀਂ ਹੋਵਾਂਗੇ, ਅਸੀਂ ਬਾਏ ਲੈਂਡ ਬਾਰਡਰ ਵੀ ਹੋਵਾਂਗੇ, ਸਾਡਾ ਜਿਹੜਾ ਵਪਾਰਕ ਕੰਮ ਆ ਸਾਰਾ ਹੀ ਉਹ ਬਾਏ ਲੈਂਡ ਬਾਰਡਰ ਆ, ਅਤੇ ਲੈਂਡ ਬਾਰਡਰ ਦੇ ਕਰਕੇ ਅਸੀਂ ਜਿਹੜਾ ਕਹਿ ਰਹੇ ਹਾਂ ਕਿ ਸਾਨੂੰ ਜਿਹੜਾ ਵਾ ਸ਼ੈਂਗਨ ਜ਼ੋਨ ਵਿੱਚ ਐਂਟਰ ਕੀਤਾ ਜਾਵੇ, ਈਜ਼ੀ ਜਿਹੜਾ ਵਾ ਇੱਧਰੋਂ ਅਸੀਂ ਜਾ ਸਕੀਏ, ਉੱਧਰੋਂ ਜਿਹੜਾ ਵਾ ਸਮਾਨ ਕੁਛ ਵੀ ਜੋ ਵੀ ਆਵਾਜਾਈ ਦੇ ਉਹਨਾਂ ਦੇ ਜੋ ਵੀ ਸਾਧਨ ਆ ਉਹ ਸਾਰੇ ਉਹ ਪ੍ਰੋਪਰ ਤੌਰ 'ਤੇ ਜਿਹੜੇ ਲੈ ਕੇ ਜਾ ਸਕਣ, ਲੈ ਕੇ ਆ ਸਕਣ, ਉਹਨਾਂ ਦਾ ਟਾਈਮ ਬਚੇ, ਉਹਨਾਂ ਦਾ ਪੈਸਾ ਬਚੇ। ਸੋ ਇਹਦੇ ਨਾਲ ਹੋਰ ਵੀ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਵਾ ਉਹਨਾਂ ਨੂੰ ਵੀ ਜਿਹੜਾ ਵਾ ਇਹ ਸੁਧਾਰਨ ਦੀ ਕੋਸ਼ਿਸ਼ ਕਰਨਗੇ। ਇਹਦੇ ਨਾਲ ਇਹਨਾਂ ਦੀ ਇਕੋਨਮੀ ਦੇ ਵਿੱਚ ਵੀ ਫਰਕ ਪਊਗਾ, ਟਾਈਮ ਦੀ ਬੱਚਤ ਹੋਊਗੀ, ਪੈਸਾ ਬਚੂਗਾ। ਅਤੇ ਇਹਨਾਂ ਨੇ ਕਿਹਾ ਕਿ ਫਿਰ ਰਮਾਨੀਆ ਬਲਗਾਰੀਆ ਨੇ ਇਹ ਵੀ ਭਰੋਸਾ ਦਵਾਇਆ ਕਿ ਸਾਨੂੰ ਸ਼ੈਂਗਨ ਜ਼ੋਨ ਦੇ ਵਿੱਚ ਤੁਸੀਂ ਵਿੱਚ ਸ਼ਾਮਲ ਕਰਦੇ ਹਾਂ ਅਤੇ ਉਹਦੇ ਨਾਲ ਅਸੀਂ ਤਾਂ ਗਰੋ ਕਰਾਂਗੇ, ਤਾਂ ਅਸੀਂ ਦੂਸਰੇ ਜਿਹੜੇ ਯੂਰਪ ਦੇ ਕੰਟਰੀ ਆ, ਸ਼ੈਂਗਨ ਜ਼ੋਨ ਦੇ ਕੰਟਰੀ ਆ, ਉਹਨਾਂ ਨੂੰ ਵੀ ਜਿਹੜਾ ਵਾ ਉਹਨਾਂ ਦੀ ਇਕੋਨਮੀ ਵਿੱਚ ਹੈਲਪ ਕਰਾਂਗੇ, ਉਹਨਾਂ ਨੂੰ ਵੀ ਪੂਰੀ ਜਿਹੜੀ ਇੱਧਰੋਂ ਸਪੋਰਟ ਹੋਊਗੀ। ਕਿ ਅਸੀਂ ਇਹ ਨਹੀਂ ਹੈ ਕਿ ਜੇ ਅਸੀਂ ਇੱਕ ਵਾਰੀ ਸ਼ੈਂਗਨ ਜ਼ੋਨ ਵਿੱਚ ਸ਼ਾਮਲ ਹੋ ਜਾਵਾਂਗੇ ਉਸ ਤੋਂ ਬਾਅਦ 'ਚ ਅਸੀਂ ਜਿਹੜਾ ਕਿ ਅਨਲੀਗਲ ਇਮੀਗ੍ਰਾਂਟ ਦੇ ਉੱਤੇ ਕੋਈ ਜਿਹੜਾ ਵਾ ਨਹੀਂ ਕਰਾਂਗੇ। ਸੋ ਇੱਦਾਂ ਦੀਆਂ ਜਿਹੜੀਆਂ ਨਿਊਜ਼ ਆ ਇਹ ਇਹਨਾਂ ਨੇ ਸ਼ੇਅਰ ਕੀਤੀਆਂ, ਬਟ ਹਜੇ ਬਲਗਾਰੀਆ ਅਤੇ ਰੋਮਾਨੀਆ ਅੜੇ ਹੋਏ ਆ। ਨਿਊਜ਼ ਜਿਹੜੀ ਜਿਹੜੀ ਸੀਗੀ ਉਹ ਜਿਹੜੀ ਆਪਾਂ ਤੁਹਾਡੇ ਨਾਲ ਸ਼ੇਅਰ ਕਰ ਦਿੱਤੀ, ਕਿਉਂਕਿ ਉਹਨਾਂ ਨੇ ਔਫਰ ਦੇ ਦਿੱਤਾ ਸੀ ਕਿ ਹਾਂ ਸਾਡੀਆਂ ਮੰਗਾਂ ਵਾ ਇਹਨਾਂ ਨੂੰ ਪੂਰਾ ਕਰੋ ਅਤੇ ਤੁਹਾਨੂੰ ਬਾਏ ਏਅਰ ਅਸੀਂ ਸ਼ੈਂਗਨ ਜ਼ੋਨ ਵਿੱਚ ਜਿਹੜਾ ਵਾ ਸ਼ਾਮਲ ਕਰਦੇ ਹਾਂ। ਬਟ ਬਲਗਾਰੀਆ ਅਤੇ ਰੋਮਾਨੀਆ ਕਹਿੰਦੇ ਆ ਕਿ ਅਸੀਂ ਲੈਂਡ ਬਾਰਡਰ ਵੀ ਜਿਹੜਾ ਵਾ ਹੁਣੇ ਹੀ ਸ਼ੈਂਗਨ ਜ਼ੋਨ ਵਿੱਚ ਸ਼ਾਮਲ ਹੋਣਾ ਚਾਹੁੰਦੇ ਹਾਂ, ਬਾਅਦ ਦੀ ਗੱਲ ਨਹੀਂ, ਕਿਉਂਕਿ ਸਾਡੀ ਇਕੋਨਮੀ ਨੂੰ ਸਾਡਾ ਬਹੁਤ ਪੈਸਾ ਬਰਬਾਦ ਹੋ ਰਿਹਾ, ਸਾਡੇ ਸਾਨੂੰ ਬਹੁਤ ਪ੍ਰੋਬਲਮ ਆ ਰਹੀ ਆ। ਸੋ ਇਸੇ ਕਰਕੇ ਸ਼ੈਂਗਨ ਜ਼ੋਨ ਵਿੱਚ ਅਸੀਂ ਜਿਹੜਾ ਸ਼ਾਮਲ ਹੋਣਾ ਚਾਹੁੰਦੇ ਹਾਂ। ਸੋ ਇਹ ਜਿਹੜੀ ਵੀਡੀਓ ਸੀਗੀ ਇਸ ਨਾਲ ਰਿਲੇਟਡ ਸੀਗੀ। ਸਲੋਵਾਕੀਆ ਦੇ ਵਿੱਚ ਹੁਣ ਫਿਰ ਦੁਬਾਰਾ ਜਿਹੜੀ ਆ ਮੀਟਿੰਗ ਹੋਊਗੀ, ਇੱਕ ਹੋਰ ਮੀਟਿੰਗ ਹੋਊਗੀ, ਉਹਦੇ ਵਿੱਚ ਆਸਟਰੀਆ, ਹੰਗਰੀ, ਪੋਲੈਂਡ, ਰੋਮਾਨੀਆ, ਬਲਗਾਰੀਆ ਅਤੇ ਹੋਰ ਜਿਹੜੇ ਕੰਟਰੀ ਆ
ਉਹਨਾਂ ਦੇ ਜਿਹੜੇ ਜਿਹੜੇ ਪ੍ਰੈਜ਼ੀਡੈਂਟ ਆ ਜਾਂ ਯੂਰਪ ਯੂਨੀਅਨ ਸਾਰੀ ਬੈਠੂਗੀ, ਉੱਥੇ ਮੀਟਿੰਗ ਹੋਊਗੀ, ਉਹਦੇ ਵਿੱਚ ਫਿਰ ਦੇਖਦੇ ਹਾਂ ਕੀ ਡਿਸੀਜਨ ਨਿਕਲ ਕੇ ਆਉਂਦਾ। ਜਿਹੜੀ ਵੀ ਕੋਈ ਅਪਡੇਟ ਹੋਈ ਆਪਾਂ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰਾਂਗੇ, ਕਿਉਂਕਿ ਮੈਂ ਜਿਹੜੀ ਵੀ ਕੋਈ ਅਪਡੇਟ ਆ ਰਹੀ ਹੈ ਨਵੀਂ, ਜਿਹੜੀ ਰੁਮਾਨੀਆ, ਬੁਲਗਾਰੀਆ ਕਿਸੇ ਵੀ ਕੰਟਰੀ ਵੱਲੋਂ ਆ ਰਹੀ ਹੈ, ਯੂਰਪ ਯੂਨੀਅਨ ਵੱਲੋਂ ਆ ਰਹੀ ਹੈ, ਸ਼ੈਂਗਨ ਜ਼ੋਨ ਨਾਲ ਰਿਲੇਟਡ, ਮੈਂ ਤੁਹਾਡੇ ਨਾਲ ਸਾਰੀ ਸ਼ੇਅਰ ਕਰਦਾ ਜਾ ਰਿਹਾ, ਕਿਉਂਕਿ ਮੈਨੂੰ ਇਹ ਹੈ ਕਿ ਕਿਸੇ ਨੂੰ ਜਿਹੜਾ ਵਾ ਵੀ ਇਹ ਨਾ ਹੋਵੇ ਕਿ ਸਾਨੂੰ ਕੁਝ ਨਾ ਪਤਾ ਲੱਗੇ, ਕਿਉਂਕਿ ਮੈਂ ਚਾਹੁੰਦਾ ਕਿ ਸਾਰਿਆਂ ਨੂੰ ਸਾਰਾ ਕੁਝ ਪਤਾ ਲੱਗਣਾ ਚਾਹੀਦਾ ਵਾ। ਜੇ ਸਾਨੂੰ ਪਤਾ ਤਾਂ ਦੂਜਿਆਂ ਨੂੰ ਵੀ ਪਤਾ ਲੱਗਣਾ ਚਾਹੀਦਾ। ਸਾਨੂੰ ਇਹ ਨਹੀਂ ਹੈ ਕਿ ਅਸੀਂ ਕੋਈ ਓਹਲਾ ਰੱਖੀਏ, ਜਿਹੜੀ ਵੀ ਨਿਊਜ਼ ਆ ਰਹੀ ਹੈ ਆਪਾਂ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ। ਬਾਕੀ ਨਿਊਜ਼ ਜਿਹੜੀ ਹੈ ਜੇ ਤੁਸੀਂ ਆਪ ਖੁਦ ਪੜ੍ਹਨੀ ਆ, ਡਿਸਕ੍ਰਿਪਸ਼ਨ ਵਿੱਚ ਲਿੰਕ ਉਹਦਾ ਮਿਲ ਜੂਗਾ, ਤੁਸੀਂ ਆਪ ਖੁਦ ਵੀ ਪੜ੍ਹ ਸਕਦੇ ਹੋ। ਜਿਹੜੀ ਵੀ ਵੈਬਸਾਈਟ 'ਤੇ ਹੋਈ ਸਾਰੀਆਂ ਆਪਾਂ ਜਿਹੜੀਆਂ ਲਿੰਕ ਉਹਨਾਂ ਦੇ ਪ੍ਰੋਵਾਈਡ ਕਰਾ ਦਾਂਗੇ। ਸੋ ਇਹ ਸੀਗੀ ਜਿਹੜੀ ਹੁਣ ਦੀ ਨਿਊਜ਼, ਅੱਜ ਦੀ ਨਿਊਜ਼, ਕਿਉਂਕਿ ਜਿਹੜੀ ਅੱਜ ਜਿਹੜੀ ਮੀਟਿੰਗ ਹੋਈ ਆ ਉਹਦੇ ਵਿੱਚ ਇਹ ਸਾਰਾ ਕੁਝ ਜਿਹੜਾ ਵਾ ਬਰਮਾਨੀਆ ਬਲਗਾਰੀਆਂ ਨੇ ਕਿਹਾ ਕਿ ਅਸੀਂ ਜਿਹੜਾ ਵਾ ਇਸ ਚੀਜ਼ ਦਾ ਵਿਰੋਧ ਕਰਦੇ ਹਾਂ, ਕਿਉਂਕਿ ਸਾਨੂੰ ਬਾਈ ਲੈਂਡ ਬਾਰਡਰ ਵੀ ਜਿਹੜਾ ਸ਼ਾਮਿਲ ਕਰੋ, ਕਿਉਂਕਿ ਸਾਡਾ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਵਾ। ਹੁਣ ਅੱਗੇ ਕੀ ਬਣਦਾ ਵਾ, ਅੱਗੇ ਦੀ ਕੀ ਜਿਹੜੀ ਅਪਡੇਟ ਆਉਂਦੀ ਆ, ਕੀ ਨਵੀਂ ਕਹਾਣੀ ਨਿਕਲ ਕੇ ਆਉਂਦੀ ਆ, ਉਹ ਵੀ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ। ਬਾਕੀ ਵੀਡੀਓ ਦੇਖਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ ਜੀ ਸਾਰਿਆਂ।